बटाला के औद्योगिक क्षेत्र में मंगलवार की देर शाम एक कबाड़ के गोदाम में अचानक आग लग गई। आग की लपटें इतनी तेज थी कि दमकल को आग बुझाने में काफी मुशक्कत करनी पड़ी। आग पर काबू पाने के लिए दमकल की कई गाड़ियों की मदद ली गई। आग पर काबू पाने तक लाखों रुपए का नुकसान हुआ। साथ ही तिब्बा बाजार बटाला निवासी कबाड़ गोदाम के पीड़ित मालिक हर्ष अग्रवाल ने बताया कि मैंने मेरे ब्रदर का फोन आया कि तेरी फैक्ट्री आग लग गई है, तो मैं घर से बैठा था, मैं गोदाम से आया, चारों पास आग फैली हुई। घर किसे था? अरे टिब्बा बाजार से। ये फैक्ट्री केड़ी एरिया है? केड़ी जगह फैक्ट्री है? इंडस्ट्री एरिया लग चट्ठा कॉलोनी कुवाड़ दी से अक कुवाड़ ਦਾ ਗੋਦਾਮ ਸੀ ਕੀ ਤਨ ਕਾਰਨ ਕੀ ਲੱਗਦਾ ਇਹਦਾ ਹਵਾਈ ਦਾ ਹਵਾਈ ਡਿੱਗਣ ਕਰਕੇ ਲੱਗ ਸਕਦੀ ਆ ਹਵਾਈ ਨਾਲ ਲੱਗੇ ਜਾਂ ਸ਼ਾਰਟ ਸਰਕਟ ਸ਼ਾਰਟ ਸਰਕਟ ਕੋਈ ਇਦਾਂ ਦਾ ਨਹੀਂ ਹਵਾਈ ਲੱਗਣ ਕਰਕੇ ਅੱਗ ਲੱਗ ਸਕਦੀ ਅੱਜ ਆਪਾਂ ਤਕਰੀਬਨ 9 ਵਜੇ ਤੋਂ 5 ਮਿੰਟ ਪਹਿਲਾਂ ਕੋਈ ਫਾਇਰ ਕਾਲ ਆਈ ਵੀ ਆਪਣਾ ਇੰਡਸਟਰੀ ਏਰੀਆ ਦੇ ਥਾਣੇ ਸਾਹਮਣੇ ਤੋਂ ਅੱਗ ਲੱਗੀ ਆ। ਬਹੁਤ ਵੱਡਾ ਕਬਾੜ ਦਾ ਪੁਰਾਣਾ ਸਟੋਰ ਆ, ਬਿਲਡਿੰਗ ਕਿਸੇ ਦੀ ਆ ਤੇ ਕਿਰਾਏ ਦਿੱਤੀ ਆ ਗੁਰਦਾਸਪੁਰ ਦਾ ਹਰਸ਼ਵਰਧਨ ਨੂੰ ਦੱਸਣ ਡੇ। ਬਹੁਤ ਵੱਡੇ ਪੱਧਰ 'ਤੇ ਅੱਗ ਲੱਗੀ ਹੈ, ਫਾਇਰ ਬ੍ਰਿਗੇਡ ਦੀਆਂ ਸਾਰੀਆਂ ਗੱਡੀਆਂ ਲੱਗੀਆਂ। ਇਸ ਸੰਬੰਧ ਵਿੱਚ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਵੀ ਗੱਡੀਆਂ ਮੰਗਾਈਆਂ ਗਈਆਂ ਅਤੇ ਫਾਇਰ ਆਪਣਾ ਅੰਡਰ ਕੰਟਰੋਲ ਹੈ। ਪਰ ਇੰਨੇ ਵੱਡੇ ਪੱਧਰ 'ਤੇ ਇਹਨਾਂ ਨੇ ਜ਼ਖੀਰਾ ਜਮ੍ਹਾਂ ਕੀਤਾ, ਇਹਦੇ ਵਿੱਚ ਕੋਈ ਇਹਨਾਂ ਦਾ ਆਪਣਾ ਪ੍ਰਬੰਧ ਕੋਈ ਨਹੀਂ ਹੈਗਾ। ਕਾਰਨ ਇਹ ਦੱਸਣਗੇ ਨਾ, ਕਾਰਨ ਤੇ ਅੱਗ ਲੱਗਣ ਤੋਂ ਬਾਅਦ ਪੁੱਛਾਂਗੇ ਵੀ ਕੀ ਕਾਰਨ, ਇਹ ਦੱਸਣਗੇ ਕਾਰਨ। ਗੱਡੀਆਂ ਸਾਡੀਆਂ ਆਪਣਾ ਚਾਰ ਫਾਇਰਵੁੱਡ ਦੀਆਂ ਲੱਗੀਆਂ ਬਟਾਲੇ ਦੀਆਂ, ਤੇ ਬਾਕੀ ਗੁਰਦਾਸਪੁਰ ਤੇ ਅੰਮ੍ਰਿਤਸਰ ਗੱਡੀ ਵੀ ਆ ਗਈ। ਬਹੁਤ ਵੱਡਾ ਜ਼ਖੀਰਾ ਇਕੱਠਾ ਕੀਤਾ ਵਾ, ਇਹਨਾਂ ਦਾ ਆਪਣਾ ਕੋਈ ਪ੍ਰਬੰਧ ਨਹੀਂ ਹੈਗਾ, ਜਿੰਨਾ ਵੀ ਕਬਾੜ ਇਕੱਠਾ ਕੀਤਾ ਨੁਕਸਾਨ ਆਂਢ ਗੁਆਂਢ ਹੋ ਸਕਦਾ, ਇਹ ਹੁਣ ਜਾਂਚ ਤੋਂ ਬਾਅਦ ਤੁਹਾਨੂੰ ਕੀ ਆ। 9 ਵਜੇ ਤੋਂ 5 ਮਿੰਟ ਪਹਿਲੇ ਲੱਗ ਲੱਗੀ। न्यूज़ के लिए बटाला से ब्यूरो रिपोर्ट।